ਤਤਕਾਲ ਜੀ ਗਲੋਬਲ ਪੰਜਾਬ ਟੀਵੀ ਅਤੇ ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਹ ਤਸਵੀਰ ਜਿਹੜੀ ਇਸ ਵੇਲੇ ਤੁਹਾਨੂੰ ਆਪਣੀ ਟੀਵੀ ਸਕਰੀਨ ਤੇ ਨਜ਼ਰ ਆ ਰਹੀ ਹੈ ਇਹ ਅੱਜ ਬਹੁਤ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ ਲੋਕ ਇਸ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਮੈਂਟ ਨੇ ਉਹ ਕਰ ਰਹੇ ਨੇ ਔਰ ਕਮੈਂਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸ਼ਰੋਬਨੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹ ਸਪੋਰਟਸ ਸ਼ੂ ਨੂੰ ਹੀ ਜਿਹੜਾ ਪਾਲਿਸ਼ ਕਰੀ ਜਾ ਰਹੇ ਨੇ ਇਹ ਕਹਿ ਕੇ ਸੋਸ਼ਲ ਮੀਡੀਆ ਦੇ ਉੱਤੇ ਇਸ ਫੋਟੋ ਦਾ ਕਾਫੀ ਮਜ਼ਾਕ ਵੀ ਉਡਾਇਆ ਜਾ ਰਿਹਾ ਪਰ ਅਸੀਂ ਤੁਹਾਨੂੰ ਇਸ ਫੋਟੋ ਦੀ ਜਿਹੜੀ ਹੈ ਉਹ ਅਸਲੀਅਤ ਦੱਸਦੇ ਹਾਂ ਕਿ ਇਸ ਫੋਟੋ ਨੂੰ ਬੇਸਿਕਲੀ ਜਿਹੜੇ ਅਗਰ ਆਪਾਂ ਸ੍ਰੀ ਦਰਬਾਰ ਸਾਹਿਬ ਜਾਣਿਆ ਔਰ ਜੋੜਿਆਂ ਦਾ ਜਿਹੜਾ ਸੇਵਾ ਹੁੰਦੀ ਹੈ ਉੱਥੇ ਜੋੜਿਆਂ ਦੀ ਸੇਵਾ ਹੁੰਦੀ ਹੈ ਉਸ ਦੇ ਵਿੱਚ ਅਲੱਗ-ਅਲੱਗ ਜਿਹੜੇ ਉਹ ਸੈਕਸ਼ਨ ਬਣੇ ਹੋਏ ਨੇ ਅ ਜਿਸ ਦੇ ਵਿੱਚ ਅਲੱਗ-ਅਲੱਗ ਜੋੜੇ ਜਾਂਦੇ ਨੇ ਜੁੱਤੀਆਂ ਵਾਲੇ ਦੇ ਵਿੱਚ ਅਲੱਗ ਜਾਂਦੇ ਨੇ ਝਾੜਨ ਵਾਲਿਆਂ ਦੇ ਵਿੱਚ ਅਲੱਗ ਜਾਂਦੇ ਨੇ ਜਿਹੜੇ ਝਾੜੇ ਜਾਂਦੇ ਆ ਜਿੱਥੇ ਔਰ ਜਿੱਥੇ ਪਾਲਿਸ਼ ਕੀਤੀ ਜਾਂਦੀ ਆ ਅਲੱਗ ਜਿਹੜਾ ਉਹ ਸੈਕਸ਼ਨ ਉੱਥੇ ਬਣਿਆ ਹੋਇਆ ਪਰ ਇਸ ਤਸਵੀਰ ਦੇ ਵਿੱਚ ਅਸੀਂ ਤੁਹਾਨੂੰ ਜਿਸ ਤਰ੍ਹਾਂ ਕੀ ਦਿਖਾਣੇ ਆ ਕਿ ਇਸ ਤਸਵੀਰ ਦੇ ਵਿੱਚ ਜਿਹੜਾ ਸੁਖਵੀਰ ਸਿੰਘ ਬਾਦਲ ਉਹ ਬੈਠੇ ਨੇ ਉਹਨਾਂ ਦੇ ਨਾਲ ਜਿਹੜੇ ਮੁਖਬੁਲਾ ਰਹੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਉਹ ਬੈਠੇ ਨੇ ਹੱਥ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹੱਥ ਦੇ ਵਿੱਚ ਜਿਹੜਾ ਸ਼ੂਜ਼ ਉਹ ਫੜਿਆ ਹੋਇਆ ਨਾਲ ਹੀ ਬਰਸ਼ ਫੜਿਆ ਹੋਇਆ ਹੈ ਲੇਕਿਨ ਦੱਸ ਦਈਏ ਕਿ ਜਿਸ ਤਰੀਕੇ ਨਾਲ ਇਹ ਫੜਿਆ ਹੋਇਆ ਹੈ ਉਹ ਪਾਲਿਸ਼ ਨਹੀਂ ਕੀਤਾ ਜਾ ਰਿਹਾ ਉਸ ਦੇ ਉੱਤੇ ਉਸ ਤੋਂ ਉਤੋਂ ਮਿੱਟੀ ਉਤਾਰੀ ਜਾ ਰਹੀ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਕਹਿ ਕੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਜਿਹੜੀ ਇਹ ਤਸਵੀਰ ਹੈਗੀ ਹੈ ਇਸ ਦੇ ਵਿੱਚ ਉਹ ਸਪੋਰਟਸ ਸ਼ੂਜ਼ ਨੂੰ ਹੀ ਜਿਹੜਾ ਉਹ ਪਾਲਿਸ਼ ਜਿਹੜੇ ਕਰ ਰਹੇ ਨੇ ਸੋ ਇਸ ਫੋਟੋ ਦੀ ਜਿਹੜੀ ਅਸਲ ਹਕੀਕਤ ਆ ਉਹ ਇਹ ਹੀ ਬਿਆਨ ਕਰਦੀ ਹੈ ਕਿ ਇਸ ਨੂੰ ਜਿਹੜਾ ਉਹ ਪਾਲਿਸ਼ ਨਹੀਂ ਕੀਤਾ ਜਾ ਰਿਹਾ ਇਸ ਨੂੰ ਸਾਫ਼ ਕੀਤਾ ਜਾ ਰਿਹਾ ਸੋ ਕੁਲ ਮਿਲਾ ਕੇ ਸੋਸ਼ਲ ਮੀਡੀਆ ਤੇ ਇਹ ਫੋਟੋ ਵਾਇਰਲ ਹੋਣ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਤੁਹਾਨੂੰ ਜਿਹੜਾ ਇਸ ਦਾ ਵਾਇਰਲ ਸੱਚ ਜਿਹੜਾ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਕਾਸਿਫ ফারুকੀ ਗਲੋਬਲ ਪੰਜਾਬ ਟੀਵੀ ਪਟਿਆਲਾ